ਕੁਰਸੀਆਂ ਸੋਫੇ ਸਭ ਕੁਝ ਚੁੱਕ ਦਿਓ। ਉਹ ਦਿਓ ਮੀਆਂ ਸਾਹਿਬ ਕਹਿੰਦੇ ਇੱਥੇ ਵੀ ਪੁੱਲ ਬਣਨਾ। ਜਬਰੂ ਸਾਨੂੰ ਕਿੰਨੇ ਯਾਦ ਕੀਤਾ, ਪਰਵਾਨ ਇਸ ਮਕਾਨ ਤੇ ਕਬਜ਼ਾ ਕਰਨਾ ਹੈ। ਸਾਡੇ ਬੰਦੇ ਆਏ ਅਜੇ ਤੱਕ ਕਬਜ਼ਾ ਲੈ ਕੇ ਵਾਪਸ ਨਹੀਂ ਗਏ। ਇੱਧਰ ਆ ਜਾ, ਅਗਲਾ ਬੰਦਾ ਨਾ ਕੋਈ ਖਾਜੀ ਖਿੱਚ ਕੇ ਇਸ ਘਰ ਵਾਲੇ ਦਾ ਕਬਜ਼ਾ ਲੈਣਾ। ਕਿੰਨੀ ਦੇਰ ਦੇ ਆਏ ਹੋ ਤੁਸੀਂ ਤੇ ਕਬਜ਼ਾ ਲੈ ਕੇ ਵਾਪਸ ਨਹੀਂ ਗਏ ਅਜੇ ਤੱਕ? ਕੀ ਕਰੀਏ ਰੋਡਿਆ, ਉਹ ਦੁਸ਼ਮਣ ਨੇ ਸਾਡੀ ਇੱਟ ਦਾ ਇੱਟ ਵਜਾਤੀ। ਤੁਸੀਂ ਇੱਕ ਇੱਟ ਵਿੱਚੋਂ ਚੁੱਕ ਕੇ ਲਗਾ ਦੇਣੀ ਸੀ। ਓਏ ਰੋਡਿਆ, ਓਏ ਦੁਸ਼ਮਣਾਂ ਨੇ ਸਾਨੂੰ ਬਹੁਤ ਮਾਰਿਆ ਯੇ। ਆ ਪਰਚਾ ਕਿੱਥੇ? ਓਏ ਪਰਚਾ ਅੰਦਰ ਪੱਟੀਆਂ ਕਰਾ ਕੇ ਬੈਠਾ ਈ। ਆਜ ਮਾਰ ਇਹਨੂੰ ਪਰਚਾ। ਫੇਰ ਤੇ ਨਹੀਂ ਆ ਗਈ ਮਾਈ, ਇਹਨੇ ਸਾਨੂੰ ਕੀ ਬਚਾਉਣਾ, ਇਹਦੀ ਤੇ ਕੋਈ ਆਪ ਟਿੰਡ ਕਰ ਗਿਆ। ਇੱਧਰ ਆਏ ਪਰਚਿਆ। ਓਏ ਕੁਛ ਨਾ ਪੁੱਛ, ਕੁਛ ਨਾ ਪੁੱਛ, ਕੁਛ ਹੋਇਆ ਕੀ ਏ? ਓਏ ਤੇਰੇ ਭਰਾ ਨੂੰ ਨਾ ਦੁਸ਼ਮਣਾਂ ਨੇ ਮਾਰਿਆ ਈ। ਓਏ ਕਿੰਨੇ ਮਾਰਿਆ? ਕੁਛ ਨਾ ਪੁੱਛ, ਕੁਛ ਨਾ ਪੁੱਛ। ਚਾ ਰਹਿਣ ਦੇ ਫਿਰ, ਆਓ ਚਲੀ ਜਾ। ਤੇਰੇ ਭਰਾ ਨੂੰ ਉਹਨਾਂ ਨੇ ਮਾਰਿਆ ਤੇ ਤੂੰ ਗੱਲ ਹੱਥੇ ਚ ਪਾ। ਓਏ ਕਿੰਨੇ ਮਾਰਿਆ? ਓਏ ਮਰਦਾਂ ਕੋ ਤਾਂ ਤੇਰਾ ਭਰਾ ਕਹਿੰਦਾ ਨਹੀਂ। ਓਏ ਕਰੋ ਦੀ ਇੱਜ਼ਤ ਕੀਤੀ ਸੀ ਉਹਨੇ, ਬਸਰਤੀ ਨਾਲ ਮੈਨੂੰ ਮਾਰਿਆ। ਓਏ ਤੈਨੂੰ ਕਿੰਨੀ ਦਫਾ ਕਹਿ ਕੇ ਔਰਤਾਂ ਦੇ ਪਿੱਛੇ ਲੱਗੋਗੇ ਤੇ ਬਦਮਾਸ਼ੀ ਛੱਡ ਦਿਓ। ਫਿਰ ਬਦਮਾਸ਼ੀ ਨਹੀਂ ਕਰ ਸਕਦੇ। ਉਹ ਹੈ ਕੈਸੀ? ਠੀਕ ਹੈ ਬਦਮਾਸ਼, ਚੰਗੀ ਹੈ। ਬਕਵਾਸ ਬੰਦ ਕਰੋ, ਕਿਉਂ ਜੇ ਤੂੰ ਮਾਰ ਖਾਲੀ ਹੈ ਕਿੱਥੇ? ਤੂੰ ਇੱਥੇ ਬਦਮਾਸ਼ੀ ਕਰਨ ਹੀ ਆਇਆ ਨਾ? ਹੈ ਕਿੱਥੇ? ਓਏ ਤੇ ਪਿੰਡ ਕਣਕ ਦੀਆਂ ਬੋਰੀਆਂ ਨਹੀਂ ਲਾਉਂਦਾ? ਓਏ ਇਹਦਾ ਛੋਟਾ ਭਰਾ ਏ, ਇਹ 60 ਰੁਪਏ ਲੈ ਕੇ ਮੱਝ ਚੁੱਕ ਕੇ ਨਹਿਰ ਲੰਘਦਾ। ਬਾਹਰ ਨਿਕਲੋ ਘਰ ਪਿਓ। ਇਹਨੂੰ ਫੜੋ ਅੰਦਰ ਵਾਲੇ ਨੂੰ, ਮੈਂ ਨਹੀਂ ਆਉਣ ਦਿੰਦਾ। ਬਾਬਾ
ਉਹਦਾ ਬਾਈ ਦਾ ਮੁੰਡਾ ਇਧਰ ਆ ਹਮ ਨਾਲਾ ਰਹਿ ਗਿਆ ਚਲਵਾ ਦੇ ਕੰਮ ਦੇ ਨਹੀਂ ਅੱਛਾ ਇਧਰ ਆ ਉਹ ਸਰ ਇਧਰ ਆ ਤੈਨੂੰ ਮੈਂ ਕਿਹਾ ਸੀ ਨਾ ਸਾਡੇ ਨਾਲ ਨਾ ਜਾ ਲੋਕੀ ਤੈਨੂੰ ਪਛਾਣ ਲੈਂਦੇ ਨੇ ਠੀਕ ਕਰਾ ਕੇ ਲਿਆ ਉਹ ਭਲਵਾਨ ਜੀ ਤੁਹਾਡੇ ਵਾਸਤੇ ਸੱਠਾ ਨਹੀਂ ਲਿਆਂਦਾ ਸੀ ਸੁਬਾ ਉਹਨਾਂ ਦੀ ਰੋਟੀ ਨਹੀਂ ਪੂਰੀ ਆਉਂਦੀ ਉਹਨਾਂ ਬਦਮਾਸ਼ੀ ਘੱਟਾ ਕਰਦੀ ਮੈਂ ਤੈਨੂੰ ਫੇਰ ਮਾਰ ਦੇਵਾਂਗਾ ਓਏ ਮੇਰੀ ਜਨਾਨੀ ਮੇਰੇ ਸਾਥ ਹੈ ਓਏ ਮੇਰੀ ਓਏ 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 ਮੇਰੀ ਸਾਥ ਅਰੇ ਨੂੰ ਓ ਮਟਿਆਰੇ ਸਹੀ ਇਹ ਕੀ ਲੱਗਦਾ ਤੇਰਾ ਓਏ ਸ਼ੇਰ ਲੱਗਿਆ ਸ਼ੇਰ ਓ ਤੇਰਾ ਬੰਦਾ ਕਾਦਾ ਸ਼ੇਰ ਹੈ ਮੇਰਾ ਤਾਂ ਕੋਈ ਤੱਲ ਨਹੀਂ ਕੀ ਚਾਹੀ ਹੈ ਤੂੰ ਇਹਦੇ ਨਾਲ ਕਿਉਂ ਫਿਰਨੀ ਹੈ ਤੇ ਕਿਸੇ ਹੋਰ ਕੋਲ ਪੀ ਲੈਣੀ ਸੀ ਤੂੰ ਉੱਥੇ ਗੋਲੀਆਂ 'ਚ ਮਰਨਾ ਸੀ ਪੁਲਿਸ ਵਾਲਿਆਂ ਦੇ ਪੱਤ ਪਾ ਜੇ ਤੈਨੂੰ ਕੀ ਚਾਹੀਦਾ ਸੀ ਲੈ ਦੇਣੇ ਆ ਔਰ ਅਸੀਂ ਸਾਰੇ ਕਬਜ਼ਾ ਗਰੋਪਰ ਕੀ ਚਾਹੀਦਾ ਤੈਨੂੰ ਮੇਰੇ ਭਰਾ ਦੇ ਵਾਲ ਅੱਜ ਵੀ ਆ ਸਕਦੇ ਨੇ ਉਹ ਕਿਵੇਂ ਸਾਥ ਤਾਲੂ ਖੋਲ ਕੇ ਵਿੱਚ ਛਿੱਤਰ ਮਾਰੇ ਸਾਇੰਸਦਾਨ ਨਾ ਬਣੋ ਬਦਮਾਸ਼ ਬਣੋ ਕਾਲਿਆ ਫੜੇ ਤੇ ਚਲੋ ਉੱਥੇ ਜਾ ਕੇ ਖਲੋ ਜਾ ਸਾਰੇ ਤਾਂ ਬਰਛਿਆ ਕੋਈ ਵੀ ਗੈਰ ਨਜ਼ਰ ਨਾ ਵੇਖਿਆ ਤੇ ਉਹਨੂੰ ਗੋਲੀ ਮਾਰ ਦਿਆ ਜੇ ਓਕੇ ਭਲਵਾਨ ਜੀ
ਬਦਮਾਸ਼ ਲੋਕ ਨੇ ਇਹਨਾਂ ਨੂੰ ਖੁਸ਼ ਕਰਦੇ।